टीवी वन देख रहे सारे स्रोचा नु ਸਾਡੇ ਵੱਲੋਂ ਪਿਆਰ ਪਰੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਨਾਲ ਇਸ ਵੇਲੇ ਬਹੁਤ ਹੀ ਵਧੀਆ ਇਨਸਾਨ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਪੰਚੀ ਜਿਹੜੀ ਇਹ ਕਰ ਰਹੇ ਆ ਤੇ ਸਰਪੰਚੀ ਕਰਨ ਤੋਂ ਬਾਅਦ ਹੁਣ ਵੀ ਸਰਪੰਚੀ ਇਹਨਾਂ ਦੇ ਘਰ ਦੇ ਵਿੱਚ ਆ ਅਸੀਂ ਜਾਣਾਂਗੇ ਕਿ ਸਰਪੰਚੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਨੇ ਤੁਹਾਨੂੰ ਦੇਖੋ ਜੀ ਔਕੜਾਂ ਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਪਰ ਉਹਦਾ ਸਾਹਮਣਾ ਕਰਨਾ ਸਾਨੂੰ ਆਉਣਾ ਚਾਹੀਦਾ ਜੀ ਕਿਉਂ ਔਕੜਾਂ ਤਾਂ ਹੋਈ ਕੋਈ ਵੀ ਬੰਦਾ ਚਾਹੁੰਦਾ ਨਹੀਂ ਕਿ ਇਹ ਅੱਗੇ ਆਵੇ ਤੇ ਜਦੋਂ ਫਿਰ ਅਸੀਂ ਅੱਗੇ ਆਉਨੇ ਆਂ ਤੇ ਬੰਦੇ ਵਿੱਚ ੜਿੱਕਾ ਤਾਂ ਲਾਉਂਦੇ ਹੀ ਆ ਪਰ ਉਹਨੂੰ ਬੜੇ ਸੂਝਵਾਨ ਨਾਲ ਅਸੀਂ ਸਮਝਾਉਨੇ ਆਂ ਕਿ ਦੇਖੋ ਭਈ ਅਸੀਂ ਆਪਣਾ ਰਲ ਕੇ ਕੰਮ ਕਰਨਾ ਹੈ ਤੁਸੀਂ ਪਾਰਟੀ ਨਾ ਜਗਾਓ ਆਪਾਂ ਸਾਰੇ ਇੱਕੋ ਹੀ ਆ ਤੇ ਜਦੋਂ ਫਿਰ ਆਪਾਂ ਸਮਝਾਉਨੇ ਆਂ ਤਕਰੀਬਨ ਕੋਈ ਉਹ ਜਿਆਦਾ ਮਾੜਾ ਬੰਦਾ ਹੋਵੇ ਤਾਂ ਨਹੀਂ ਸਮਝਦਾ ਤਕਰੀਬਨ ਸਮਝ ਜਾਂਦੇ ਆ ਲੋਕ ਤੇ ਐਦਾਂ ਢੰਗ ਨਾਲ ਮੈਂ ਜਿੰਨਾ ਵੀ ਕੰਮ ਆਪਣੇ ਪਿੰਡ ਚ ਕਰਿਆ ਬੜੇ ਪਿਆਰ ਸਤਿਕਾਰ ਨਾਲ ਕਰਿਆ ਮੈਨੂੰ ਸੰਮਤੀ ਨਹੀਂ ਬਣਾਇਆ ਸੀ ਉਹਨਾਂ ਨੇ ਤੇ ਸੰਮਤੀ ਨਾਲ ਹੀ ਮੈਂ 5 ਸਾਲ ਲੰਘਾਏ ਆ ਮਾਲਕ ਦੀ ਕਿਰਪਾ ਨਾਲ ਕਿਸੇ ਨਾਲ ਵੀ ਆਪਾਂ ਵਧੇਕੀ ਨਹੀਂ ਕਰੀ ਹਰੇਕ ਬੰਦੇ ਦਾ ਮੈਂ ਕੰਮ ਕਰਿਆ ਪਰ ਮੇਰੇ ਰਾਜ ਚ ਜਾ ਕੇ ਪੁੱਛ ਸਕਦੇ ਹੋ ਪਿੰਡ ਥਾਣੇ ਫੈਸਲਾ ਨਹੀਂ ਕੋਈ ਜਾਣ ਦਿੰਦਾ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਆਪਣੇ ਪਿੰਡੇ ਘਰੇ ਆ ਉਹਨਾਂ ਨੂੰ ਇਹ ਜ਼ਰੂਰ ਕਿਹਾ ਸੀ ਵੀ ਜਿਹੜਾ ਥਾਣੇ ਚਲੇ ਗਿਆ ਮੈਂ ਉਹਦੇ ਮਗਰ ਨਹੀਂ ਜਾਣਾ ਕਿਉਂ ਅਸੀਂ ਫੈਸਲਾ ਜਨਾਬ ਕਰਦੇ ਆ ਤੇ ਬਾਅਦ ਚ ਵੀ ਅਸੀਂ ਸੁਣਾਂਗੇ ਥਾਣੇ ਵਾਲਾ ਤਾਂ ਅੱਜ ਐਸਐਚਓ ਇੱਥੇ ਆ ਤੇ ਕੱਲ ਨੂੰ ਰੋਪੜ ਜਾ ਸਕਦਾ ਹੈ ਪਰਸੋਂ ਜਲੰਧਰ ਜਾ ਸਕਦਾ ਉਹਨੇ ਨਹੀਂ ਸੁਣਨਾ ਜੋ ਪਿੰਡ ਦਾ ਵਰਕਰ ਹੈ ਕੋਈ ਪਿੰਡ ਦਾ ਨੁਮਾਇੰਦਾ ਹੈ ਉਹ ਤਾਂ ਦੁਬਾਰਾ ਵੀ ਸੁਣੂਗਾ ਉਹਨੂੰ ਪਤਾ ਮੈਂ ਫੈਸਲਾ ਕਰਿਆ ਉਸ ਫੈਸਲੇ ਤੇ ਫਿਰ ਉਹ ਪੂਰਨਾ ਪਾਊਗਾ ਵੀ ਦੇਖੋ ਤੁਸੀਂ ਉਦੋਂ ਮੰਨਿਆ ਸੀ ਹੁਣ ਤੁਹਾਨੂੰ ਮੁਕਰਨਾ ਨਹੀਂ ਚਾਹੀਦਾ ਐਦਾਂ ਦੀਆਂ ਕੁਝ ਗੱਲਾਂ ਆਪਾਂ ਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ ਜਿਦੇ ਨਾਲ ਸਾਰਾ ਭਾਈਚਾਰਾ ਜੁੜ ਜਾਵੇ ਜਦੋਂ ਆਪਾਂ ਭਾਈ ਅੱਜਕੱਲ ਰਾਜ ਹੈ ਜੀ ਜਥੇਬੰਦੀ ਦਾ ਜੇ ਅਸੀਂ ਜਥੇਬੰਦੀ ਨਾਲ ਰਲਦੇ ਨਹੀਂ ਤਾਂ ਅਸੀਂ ਫੇਲ ਆ ਜੀ ਸਾਰੀ ਦੁਨੀਆ ਨੂੰ ਪਤਾ ਹੈ ਕੱਲੇ ਨੂੰ ਕੋਈ ਨਹੀਂ ਪੁੱਛਦਾ ਜੀ ਇਹ ਸਾਰੀ ਜਥੇਬੰਦੀ ਦੇ ਨਾਲ ਹੀ ਸਾਰੇ ਕੰਮ ਹੁੰਦੇ ਨੇ ਤੇ ਮੈਂ ਕੀਤੇ ਨੇ ਰੱਬ ਦੀ ਕਿਰਪਾ ਨਾਲ ਕਿਸੇ ਨਾਮਾਂ ਬੈਰ ਵਿਰੋਧ ਨਹੀਂ ਕਰਿਆ